ਯੂ ਟੂ ਆਲ ਆਫ ਯੂ ਕਿ ਤੁਸੀਂ ਇੱਕ ਸ਼ੋਰਟ ਨੋਟਿਸ 'ਤੇ ਸਾਰੇ ਇੱਥੇ ਇਕੱਠੇ ਹੋਏ ਹੋ। ਵੀ ਆਰ ਰੀਅਲੀ ਗ੍ਰੇਟਫੁਲ ਟੂ ਆਲ ਆਫ ਯੂ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੈਟ ਇਜ਼ ਇਨ ਰਿਲੇਸ਼ਨ ਟੂ ਦ ਡੀ ਐਸ ਪੀ ਆਫ ਕੇਸ ਆਫ ਡੀ ਐਸ ਪੀ ਬਵਿੰਦਰ ਮਹਾਜਨ। ਨਾ ਤੁਸੀਂ ਸਾਰੇ ਬੀਂਗ ਪ੍ਰੈਸ ਮੀਡੀਆ ਮੈਂਬਰਸ ਪਿਛਲੇ ਕਾਫੀ ਦਿਨ ਤੋਂ ਇਹਦੀ ਕਵਰੇਜ ਕਰ ਰਹੇ ਹੋ, ਡੀ ਐਸ ਪੀ ਬਵਿੰਦਰ ਮਹਾਜਨ ਦੇ ਕੇਸ ਦੀ ਜਿਹੜੀ ਐਫ ਆਈ ਆਰ ਉਹਨਾਂ ਦੇ ਖਿਲਾਫ਼ ਰਜਿਸਟਰਡ ਹੋਈ ਹੈ। ਐਂਡ ਆਈ ਐਮ ਸ਼ੋਰ ਕਿ ਤੁਸੀਂ ਸਾਰੇ ਹੀ ਉਸ ਐਫ ਆਈ ਆਰ ਨੂੰ ਅੱਛੀ ਤਰ੍ਹਾਂ ਕੰਟੈਂਟਸ ਪੜ੍ਹ ਚੁੱਕੇ ਹੋ, ਜਿਹਦੇ ਬੇਸ 'ਤੇ ਇੱਕ ਪੰਜਾਬ ਪੁਲਿਸ ਦਾ ਜਿਹੜਾ ਸੁਪਰ ਕੌਪ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਡੀ ਐਸ ਪੀ ਬਵਿੰਦਰ ਮਹਾਜਨ, ਉਹਨਾਂ ਨੂੰ ਅੱਜ ਇੱਕ ਵਿਲਨ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਔਰ ਅਸੀਂ ਸਾਰੇ ਉਸ ਐਫ ਆਈ ਆਰ ਨੂੰ ਪੜ੍ਹ ਕੇ ਕਿਤੇ ਨਾ ਕਿਤੇ ਇਹ ਸੋਚਣ 'ਚ ਮਜਬੂਰ ਹੋ ਰਹੇ ਹਾਂ ਕਿ ਇੱਕ ਉਹ ਡੀ ਐਸ ਪੀ ਜਿਹੜਾ ਪੰਜਾਬ ਪੁਲਿਸ ਦਾ ਇੱਕ ਸੁਪਰ ਕੌਪ ਕਿਹਾ ਜਾਂਦਾ ਸੀ, ਅੱਜ ਕੀ ਐਸੇ ਰੀਜ਼ਨ ਨੇ ਕਿ ਇੱਕ ਉਹ ਵਿਲਨ ਤਰ੍ਹਾਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਔਰ ਸਾਰੇ ਇਸ ਗੱਲ ਨੂੰ ਸੋਚਦੇ ਹੋਵੋਗੇ ਕਿ ਉਹਨਾਂ ਦੇ ਘਰੋਂ ਸ਼ਾਇਦ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਦੀ ਰਿਕਵਰੀ ਹੋਈ ਹੈ। ਮੈਂ ਕੁਝ ਪ੍ਰੈਸ ਮੀਡੀਆ 'ਚ ਨਿਊਜ਼ ਪੜ੍ਹੀਆਂ ਸੀ ਜਿਹਦੇ 'ਚ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਸ ਦਿਨ ਫਸਟ ਡੇ ਪੁਲਿਸ ਡੀ ਐਸ ਪੀ ਬਵਿੰਦਰ ਮਹਾਜਨ ਦੇ ਘਰ ਗਈ ਸੀ, ਉਸ ਵਕਤ ਉਹਨਾਂ ਨੇ ਸ਼ਾਇਦ ਕੋਈ ਕੈਸ਼ ਜਾਂ ਕੋਈ ਨਾਰਕੋਟਿਕ ਦੀ ਰਿਕਵਰੀ ਕੀਤੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਬੜੀ ਕਲੀਅਰ ਕਰਨਾ ਚਾਹੁੰਦਾ, ਇਹ ਮੈਡਮ ਸਾਂਸ਼ਾ ਮਹਾਜਨ ਨੇ, ਇਹ ਡੀ ਐਸ ਪੀ ਬਵਿੰਦਰ ਮਹਾਜਨ ਦੇ ਬੇਟੀ ਹੈ। ਜਿਸ ਵਕਤ ਫਸਟ ਟਾਈਮ ਪੁਲਿਸ ਦੀ ਟੀਮ ਇਹਨਾਂ ਦੇ ਘਰ ਗਈ ਸੀ ਉਦੋਂ ਇਹ ਘਰ ਵਿੱਚ ਹਾਜ਼ਰ ਸੀ ਉਸ ਵਕਤ, ਔਰ ਜੋ ਵੀ ਪ੍ਰੋਸੀਡਿੰਗ ਹੋਈ ਸੀ ਇਹਨਾਂ ਦੇ ਸਾਹਮਣੇ ਹੋਈ ਸੀ। ਪਹਿਲੀ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਡੀ ਐਸ ਪੀ ਬਵਿੰਦਰ ਮਹਾਜਨ ਦੇ ਘਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕ੍ਰਿਮੀਨੇਟਿੰਗ ਸਬਸਟੈਂਸ, ਕੋਈ ਇਤਰਾਜ਼ ਯੋਗ ਚੀਜ਼ ਦੀ ਰਿਕਵਰੀ ਨਹੀਂ ਹੋਈ ਹੈ। ਹੁਣ ਤੁਸੀਂ ਸਾਰੇ ਪ੍ਰੈਸ ਮੀਡੀਆ ਵਾਲੇ ਇਹ ਸੋਚਦੇ ਹੋਵੋਗੇ ਕਿ ਹਰ ਡਿਫੈਂਸ ਵਾਲਾ ਹਰ ਐਕਿਊਜ਼ ਕਹਿੰਦਾ ਕਿ ਮੇਰੇ ਕੋਲੋਂ ਰਿਕਵਰੀ ਨਹੀਂ ਹੋਈ, ਲੇਕਿਨ ਇਹਦਾ ਬੇਸ ਕੀ ਹੈ ਕਹਿਣ ਦਾ ਕਿ ਜਿਸ ਵਕਤ ਗਏ ਉਹਦਾ ਬੇਸ ਕੀ ਹੈ। ਮੈਂ ਪ੍ਰੈਸ ਮੀਡੀਆ ਨੂੰ ਇੱਕ ਡਾਕੂਮੈਂਟ ਦਿਖਾਉਣਾ ਚਾਹੁੰਦਾ। ਜਿਸ ਵਕਤ ਕੋਈ ਸਰਚ ਕੀਤਾ ਜਾਂਦਾ ਹੈ ਘਰ, ਉਹਦੀ ਇੱਕ ਸਰਚ ਮੀਮੋ ਬਣਦੀ ਹੈ, ਉਹ ਮੀਮੋ ਦੀ ਕਾਪੀ, ਬਿਕੋਜ਼ ਇਹ ਇੱਕ ਲੋਇਰ ਹੈ ਔਰ ਇਹਨਾਂ ਨੇ ਉਹਦੀ ਮੀਮੋ ਦੀ ਕਾਪੀ ਡਿਮਾਂਡ ਕੀਤੀ ਸੀ ਕਿ ਉਸਦੀ ਮੀਮੋ ਸਾਨੂੰ ਦਿਓ ਕਿ ਸਾਡੇ ਘਰੋਂ ਸਰਚ 'ਤੇ ਕਿਹੜੀ ਕਿਹੜੀ ਚੀਜ਼ ਤੁਸੀਂ ਲੈ ਕੇ ਜਾ ਰਹੇ ਹੋ। ਉਹ ਮੀਮੋ ਮੈਂ ਤੁਹਾਨੂੰ ਦਿਖਾਉਂਦਾ ਜੀ, ਤੁਹਾਨੂੰ ਸਾਰਿਆਂ ਨੂੰ। ਇਹ ਫਰਦ ਜਾਮਾ ਤਲਾਸ਼ੀ ਉਹਨਾਂ ਦੇ ਘਰ ਦੀ ਹੈ ਜਿਹਦੀ ਕਾਪੀ ਸਾਨੂੰ ਸਪਲਾਈ ਕੀਤੀ ਗਈ ਹੈ, ਔਰ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਦੇ ਘਰ ਤੋਂ ਸਰਚ ਵੇਲੇ ਇੱਕ ਉਹਨਾਂ ਦਾ ਸਰਕਾਰੀ ਪਿਸਟਲ ਜੋ ਸਰਕਾਰ ਵੱਲੋਂ ਉਹਨਾਂ ਨੂੰ ਅਲੋਟ ਹੋਇਆ, ਉਹਦੇ ਸਮੇਤ 10 ਕਾਰਟਜਿਸ ਜਿਹੜੇ ਗੌਰਮੈਂਟ ਵੱਲੋਂ ਉਹਨਾਂ ਨੂੰ ਅਲੋਟ ਕੀਤੇ ਗਏ, ਔਰ ਉਹਦੇ ਨਾਲ ਇੱਕ ਨਕਸ਼ਾ 2 ਪੇਜ ਦਾ, ਇੱਕ ਪ੍ਰੋਪਰਟੀ ਦਾ 2 ਪੇਜ ਦਾ ਨਕਸ਼ਾ ਬਰਾਮਦ ਹੋਇਆ, ਔਰ ਉਸ ਤੋਂ ਇਲਾਵਾ ਕੋਈ ਵੀ ਕਿਸੇ ਕਿਸਮ ਦੀ ਕੋਈ ਰਿਕਵਰੀ ਉਹਨਾਂ ਦੇ ਘਰੋਂ ਨਹੀਂ ਹੋਈ ਹੈ। ਸੋ ਅਸੀਂ ਜੋ ਮੀਡੀਆ 'ਚ ਰੋਜ਼ ਇਹ ਦੇਖ ਰਹੇ ਹਾਂ, ਸੁਣ ਰਹੇ ਹਾਂ ਕਿ ਉਹਨਾਂ ਦੇ ਘਰੋਂ ਕਾਫੀ ਕੈਸ਼ ਮਿਲਿਆ ਜਾਂ ਕੋਈ ਕਿਸੇ ਕਿਸਮ ਦੀ ਇਤਰਾਜ਼ਯੋਗ ਨਾਰਕੋਟਿਕ ਚੀਜ਼ ਮਿਲੀ ਹੈ, ਇਹ ਸਰਚ ਮੀਮੋ ਉਸ ਚੀਜ਼ ਨੂੰ ਝੂਠਾ ਠਹਿਰਾਉਂਦਾ। ਔਰ ਇਸ ਸਰਚ ਮੀਮੋ 'ਤੇ ਜਿਹੜੇ ਸਿਗਨੇਚਰਸ ਨੇ ਜਿਨ੍ਹਾਂ ਦੇ ਸਾਹਮਣੇ ਕੀਤੀ ਗਈ ਹੈ, ਮਿਸਟਰ ਤਰਸੇਮ ਮਸੀਹ ਡੀ ਐਸ ਪੀ ਉਹਨਾਂ ਦੇ ਸਿਗਨੇਚਰ ਨੇ, ਪਲੱਸ ਆਈ ਓ ਉਹਨਾਂ ਦੇ ਸਿਗਨੇਚਰ ਨੇ, ਇੱਕ ਲੇਡੀ ਐੱਸ ਆਈ ਸੀਗੇ ਮਨਿੰਦਰਜੀਤ ਕੌਰ, ਉਹਨਾਂ ਦੇ ਵੀ ਸਿਗਨੇਚਰ ਨੇ। ਉਹ ਇਹ ਮੀਮੋ ਤੁਹਾਡੇ ਸਾਰਿਆਂ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ, ਜਿਹੜਾ ਸ਼ੋਅ ਕਰਦਾ ਕਿ ਉਹਨਾਂ ਦੇ ਘਰੋਂ ਸਿਰਫ ਔਰ ਸਿਰਫ ਉਹਨਾਂ ਦੇ ਸਰਕਾਰੀ ਚੀਜ਼ ਜੋ ਅਲੋਟ ਕੀਤੀ ਸੀ ਉਹ ਪੁਲਿਸ ਨੇ ਕਬਜ਼ੇ 'ਚ ਲਈ ਸੀ। ਇਸ ਤੋਂ ਇਲਾਵਾ ਕਿਸੇ ਕਿਸਮ ਦੀ ਵੀ ਕੋਈ ਨਕਦੀ
ਕੈਸ਼ ਜਾਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਸੀ। ਸਰ ਫਿਰ ਕਾਰਨ ਕੀ ਮੰਨ ਰਹੇ ਸੀ? ਮੈਂ ਕਿ ਤੁਸੀਂ ਕਹਿੰਦੇ ਵੀ ਪੰਜਾਬ ਆਜ਼ ਅਫਸਰ ਨੇ ਸਾਰੇ ਕੰਮ ਉਹਨਾਂ ਨੇ ਕੀਤੇ ਪੰਜਾਬ ਵਾਸਤੇ, ਪਰ ਤੁਹਾਡੇ 'ਤੇ ਸੂਈ ਕਿਉਂ ਆ ਗਈ ਸਰਕਾਰ? ਦੇਖੋ ਸਰ, ਤੁਸੀਂ ਇਹ ਦੇਖੋ ਇਸ ਚੀਜ਼ ਦਾ ਤੁਹਾਡੇ ਆਂਸਰ ਨੂੰ ਜੋ ਸੋਚਣ ਵਾਸਤੇ ਤੁਹਾਨੂੰ ਉਸ FIR ਨੂੰ ਅੱਛੀ ਤਰ੍ਹਾਂ ਨਾਲ ਇੱਕ ਵਾਰੀ ਫਿਰ ਦੁਬਾਰਾ ਪੜ੍ਹਨਾ ਪਏਗਾ। ਤੁਸੀਂ ਇਹ ਦੇਖੋ, ਅਸੀਂ ਰੋਜ਼ ਦੇਖ ਰਹੇ ਹਾਂ ਕਿ ਅੱਜ ਸਾਡੀ ਸਟੇਟ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਨਾਰਕੋਟਿਕ ਦੀ ਰਿਕਵਰੀ ਹੁੰਦੀ ਹੈ, ਟੇਬਲੇਟਸ ਦੀ ਰਿਕਵਰੀ ਹੁੰਦੀ ਹੈ। ਉਹ ਰਿਕਵਰੀ ਹੋ ਕੇ ਜਿਸ ਪਰਸਨ ਕੋਲੋਂ ਰਿਕਵਰੀ ਕੀਤੀ ਜਾਂਦੀ ਹੈ, ਅਸੀਂ ਉਹਦੇ ਉੱਪਰ ਕੇਸ ਰਜਿਸਟਰ ਕਰ ਦਿੰਦੇ ਹਾਂ, ਉਸ ਪਰਸਨ ਨੂੰ ਅਸੀਂ ਕੋਰਟ 'ਚ ਪੇਸ਼ ਕਰਦੇ ਹਾਂ, ਉਹਦਾ ਚਲਾਨ ਦੇ ਦਿੰਦੇ ਹਾਂ। ਪਰ ਬੜੇ ਘੱਟ ਪੁਲਿਸ ਆਫਿਸਰਸ ਨੇ ਜਿਹੜੇ ਉਸ ਦੀ ਤਹਿ ਤੱਕ ਜਾਣਾ ਚਾਹੁੰਦੇ ਨੇ ਕਿ ਇਹ ਜਿਹੜਾ ਪਰਸਨ ਟੇਬਲੇਟਸ ਕੋਈ ਨਾਰਕੋਟਿਕ ਲੈ ਕੇ ਆ ਰਿਹਾ ਸੀ, ਇਹ ਕਿੱਥੋਂ ਲੈ ਕੇ ਆ ਰਿਹਾ ਸੀ, ਉਹਦਾ ਓਰੀਜਨ ਕੀ ਹੈ, ਕਿੱਥੋਂ ਬਣਿਆ, ਉਸ ਕੜੀ ਨੂੰ ਜੋੜਨਾ ਚਾਹੁੰਦਾ ਹੈ। DSP ਬਵਿੰਦਰ ਮਹਾਜਨ ਨੇ ਜਦੋਂ ਆਪਣੇ ਕੈਰੀਅਰ ਦੇ ਵਿੱਚ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਕੇਸ ਦੀ ਰਿਕਵਰੀ, ਇੱਕ ਐਸਟਰਾ ਫਾਰਮਾ ਕੰਪਨੀ ਹੈ ਜਿਹਦੇ ਬਾਰੇ ਉਹਨਾਂ ਨੂੰ ਨੈੱਟਵਰਕ ਤੋਂ ਇੰਟੀਮੇਸ਼ਨ ਮਿਲੀ ਸੀ ਕਿ ਉਹ ਇੱਕ ਬਹੁਤ ਵੱਡੇ ਪੱਧਰ 'ਤੇ ਇਹ ਟੇਬਲੇਟਸ ਦੀ ਮੈਨੂਫੈਕਚਰਿੰਗ ਕਰ ਰਹੀ ਹੈ, ਜਿਹੜਾ ਕਿ ਪੂਰੀ ਸਟੇਟ ਵਿੱਚ ਹੀ ਨਹੀਂ ਪੂਰੇ ਕੰਟਰੀ 'ਚ ਸਪਲਾਈ ਹੋ ਰਹੀ ਹੈ। ਉਸ ਚੀਜ਼ ਨੂੰ ਜਿਹੜਾ ਇੱਕ ਉਹ ਰੈਕਟ ਸੀ, ਉਸ ਚੀਜ਼ ਨੂੰ ਜਦੋਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਮੌਕੇ 'ਤੇ ਗਏ, ਰੇਡ ਕੀਤਾ। ਉਹਨਾਂ ਦੇ ਨਾਲ ਸਾਡਾ ਡਰੱਗ ਇੰਸਪੈਕਟਰ ਵੀ ਨਾਲ ਹੁੰਦੇ ਨੇ, ਇਕੱਲੇ ਇੱਕ ਪੁਲਿਸ ਵਾਲੇ ਦਾ ਕੰਮ ਨਹੀਂ ਹੁੰਦਾ, ਬਿਕੋਜ਼ ਜਦੋਂ ਅਸੀਂ ਡਰੱਗਸ ਕੋਈ ਰਿਕਵਰ ਕਰਨੀ ਹੈ, ਮੈਨੂਫੈਕਚਰ ਡਰੱਗਸ, ਡਰੱਗ ਇੰਸਪੈਕਟਰ ਨਾਲ ਹੁੰਦੇ ਨੇ। ਇਹ ਸਾਰੇ ਜਦੋਂ ਉੱਥੋਂ ਗਏ, 1,98,00,000 ਦੇ ਕਰੀਬ ਟੇਬਲੇਟਸ ਦੀ ਰਿਕਵਰੀ ਹੋਈ, ਉਸ ਤੋਂ ਇਲਾਵਾ ਕਿਲੋਆਂ ਦੇ ਹਿਸਾਬ ਨਾਲ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ। ਉਹ ਰਿਕਵਰੀ ਹੋਣ ਤੋਂ ਬਾਅਦ, ਕਿਉਂਕਿ DSP ਬਵਿੰਦਰ ਮਹਾਜਨ ਇਸ ਕੇਸ ਦੀ ਤਹਿ ਤੱਕ ਜਾਣਾ ਚਾਹੁੰਦੇ ਸੀ ਕਿ ਇਸ ਦੇ ਵਿੱਚ ਕੌਣ ਕੌਣ ਇਨਵੋਲਵ ਨੇ, ਹੁਣ ਤੁਸੀਂ ਸਾਰੇ ਸਮਝਦਾਰ ਹੋ ਕਿ ਜਿਹੜੀ ਐਡੀ ਐਡੀ ਵੱਡੀ ਕੰਪਨੀਜ਼ ਜਿਹੜੇ ਇੰਨੇ ਲਾਰਜ ਲੈਵਲ 'ਤੇ ਮੈਨੂਫੈਕਚਰਿੰਗ ਕਰ ਰਹੀਆਂ ਹਨ, ਜਦੋਂ ਕੋਈ ਆਫਿਸਰ ਉਸ ਲੈਵਲ 'ਤੇ ਜਾ ਕੇ ਉਹ ਰੀਅਲ ਕਲਪ੍ਰਿਟਸ ਨੂੰ ਪਕੜਨਾ ਚਾਹੁੰਦਾ ਹੈ, ਜਿਹੜੇ ਪੂਰੀ ਸਟੇਟ ਔਰ ਪੂਰੀ ਰਜਿਸਟਰ ਕੀਤਾ ਸੀ, ਜਿਹੜਾ ਮੇਨ ਕੇਸ ਐਸਟਰਾ ਫਾਰਮਾ ਦਾ ਜਿਹੜਾ ਸਾਰਾ ਕਰ ਰਹੇ ਨੇ, DSP ਬਵਿੰਦਰ ਮਹਾਜਨ, SP ਵਿਸ਼ਾਲਜੀਤ ਸਿੰਘ ਔਰ ਮਿਸਟਰ ਚਰਨਜੀਤ ਸਿੰਘ, ਇਹ ਤਿੰਨ ਪੁਲਿਸ ਆਫਿਸਰਸ ਦੀ ਟੀਮ ਉਸੇ ਤਰੀਕ ਨੂੰ 20/5/2024 ਨੂੰ, ਜਿਹੜੀ ਤਰੀਕ ਨੂੰ ਉਹ ਪੈਸੇ ਦੇਣ ਦੀ ਗੱਲ ਕਰ ਰਹੇ ਨੇ, 1 ਵਜੇ ਦੀ ਫਲਾਈਟ ਫੜ ਕੇ ਏਅਰ ਇੰਡੀਆ 'ਤੇ ਦਿੱਲੀ ਗਏ ਨੇ, ਇਨ ਆਰਡਰ ਟੂ ਕੰਡਕਟ ਦਾ ਇਨਵੈਸਟੀਗੇਸ਼ਨ, ਤਿੰਨੋਂ ਪਰਸਨਸ, ਔਰ ਇਹਨਾਂ ਦੀ ਟਿਕਟ ਸਾਡੇ ਕੋਲ ਹੈ, ਏਅਰਲਾਈਨਸ ਤੋਂ ਜਿਹੜਾ ਮਰਜ਼ੀ ਇਸ ਚੀਜ਼ ਨੂੰ ਵੈਰੀਫਾਈ ਕਰ ਸਕਦਾ ਹੈ। ਦੇਖੋ ਸਰ, ਇਸ ਚੀਜ਼ ਦੀ ਇੱਕ ਇਨਵੈਸਟੀਗੇਸ਼ਨ ਬੜੀ ਡੀਪ ਰੂਟਿਡ ਹੋਣੀ ਚਾਹੀਦੀ ਹੈ। ਰੀਜ਼ਨ ਇਜ਼ ਵੈਰੀ ਕਲੀਅਰ ਕਿ ਜਿਹੜਾ ਐਡੀ ਵੱਡੀ ਫਰਮ, ਜਿਹੜੀ ਐਡੀ ਵੱਡੀ ਫਰਮ ਇਹ ਸਭ ਕਾਰਵਾਈ ਕਰਦੀ ਹੈ, ਮੈਨੂਫੈਕਚਰਿੰਗ ਕਰਦੀ ਹੈ ਨਾਰਕੋਟਿਕ ਸਾਈਕੋਟ੍ਰੋਪਿਕ ਸਬਸਟੈਂਸ ਦੀ, ਉਹ ਵਿਦਆਊਟ ਸਪੋਰਟ ਕਰ ਨਹੀਂ ਸਕਦੀ। ਸਾਡਾ ਮੇਨ ਮਕਸਦ DSP ਬਵਿੰਦਰ ਮਹਾਜਨ ਦਾ ਸੀ ਕਿ ਉਹ ਇਸ ਕੇਸ ਦੀ ਜੜ੍ਹ ਤੱਕ ਜਾਣਾ ਚਾਹੁੰਦੇ ਸੀ ਔਰ ਜਿਹੜੇ ਰੀਅਲ ਕਲਪ੍ਰੇਟ ਸੀ ਉਹਨਾਂ ਨੂੰ ਪਕੜ ਕੇ ਲਿਆਉਣਾ ਚਾਹੁੰਦੇ ਸੀ। ਪਰ ਉਸ ਤੋਂ ਪਹਿਲੇ ਤੁਸੀਂ ਦੇਖੋ, ਅੱਜ ਤੋਂ 2 ਮਹੀਨੇ ਪਹਿਲੇ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਗਈ, STF ਡਿਪਾਰਟਮੈਂਟ ਤੋਂ ਉਹਨਾਂ ਦੀ ਟ੍ਰਾਂਸਫਰ ਹੋਈ, ਉਸ ਤੋਂ ਬਾਅਦ ਆਲ ਆਫ ਦੀ ਸਡਨ ਇਸ FIR 'ਚ ਇਨਕਲੂਡ ਹੋ ਗਏ। ਅਸੀਂ ਇੱਕ ਪ੍ਰੋਪਰ ਰਿਪ੍ਰਜੈਂਟੇਸ਼ਨ ਡਾਇਰੈਕਟਰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਿੱਲੀ ਨੂੰ ਸਬਮਿਟ ਕਰ ਚੁੱਕੇ ਹਾਂ, ਜਿਹਦੇ 'ਤੇ ਅਸੀਂ ਰਿਕੁਐਸਟ ਕੀਤੀ ਹੈ ਟੂ ਦਾ ਸੈਂਟਰਲ ਮਿਨਿਸਟਰੀ, ਹੋਮ ਮਿਨਿਸਟਰੀ
ਔਰ ਆਪਣੇ ਡੀ ਜੀ ਪੀ ਸਾਹਿਬ ਨੂੰ ਵੀ ਪੰਜਾਬ ਦੇ ਕਿ ਸਾਡੀ ਇੱਕ ਰਿਕੁਐਸਟ ਹੈ, ਤੁਸੀਂ ਸਾਡੇ ਦੋਨਾਂ ਕੇਸਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਸੀ ਬੀ ਆਈ ਜਾਂ ਐੱਨ ਆਈ ਏ ਤੋਂ ਕਰਵਾਓ, ਕਿਉਂਕਿ ਇਹ ਛੋਟੀ ਚੀਜ਼ ਨਹੀਂ ਹੈ, ਇਹ ਕੋਈ ਛੋਟਾ ਮੋਟਾ ਕੇਸ ਨਹੀਂ ਹੈ। ਇਹਨਾਂ ਦੋਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਕਿਸੇ ਵੀ ਸੈਂਟਰਲ ਏਜੰਸੀ ਸੀ ਬੀ ਆਈ ਐੱਨ ਆਈ ਏ ਈਵਨ ਉੱਥੋਂ ਕਰਾਓ, ਸਾਨੂੰ ਨਾਲ ਇਨਵੈਸਟੀਗੇਸ਼ਨ ਜੁਆਇਨ ਕਰਾਓ। ਔਰ ਇਸ ਦੇ ਵਿੱਚ ਜਿਹੜੇ ਜਿਹੜੀ ਵੱਡੀ ਮਛਲੀਆਂ ਨੇ, ਜਿਹੜੇ ਜਿਹੜੇ ਬੰਦੇ ਇਨਵੈਸਟੀਗੇਸ਼ਨ ਨੂੰ ਹੈਂਪਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਸਾਹਮਣੇ ਲਿਆਓ। ਰਾਣੀ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਦੇਖੋ ਸਿਰਫ ਅਤੇ ਸਿਰਫ ਦੋ ਡਰੱਗ ਇੰਸਪੈਕਟਰਾਂ ਦੇ ਬਿਆਨਾਂ ਦੇ ਉੱਤੇ ਗੋਵਿੰਦਰ ਮਹਾਜਨ ਨੂੰ ਦੇ ਉੱਪਰ ਮਾਮਲਾ ਨਹੀਂ ਦਰਜ ਕੀਤਾ, ਜਿਹੜੀ ਵੀ ਜੋ ਵੀ ਪਹਿਲੇ 8 ਲੱਖ ਰੁਪਇਆ ਕਿਹਾ ਜਾਂਦਾ ਉੱਥੇ ਦਿੰਦਾ, ਫਿਰ 20 ਲੱਖ ਅਤੇ 25 ਲੱਖ, ਤੁਹਾਨੂੰ ਕੀ ਲੱਗਦਾ ਕਿ ਡਿਪਾਰਟਮੈਂਟ ਦੇ ਲੋਕ ਵਿੱਚ ਸ਼ਾਮਲ ਨੇ? ਦੇਖੋ ਸਰ, ਤੁਸੀਂ ਬੜੀ ਵਾਰੀ ਸੁਣਿਆ ਹੋਏਗਾ ਕਿ ਜਦੋਂ ਅਸੀਂ ਕਿਸੇ ਵੱਡੇ ਬੰਦੇ ਨੂੰ ਕਿਸੇ ਇਨਵੈਸਟੀਗੇਸ਼ਨ ਤੋਂ ਹਟਾਉਣਾ ਹੋਵੇ, ਅਸੀਂ ਕਿਸੇ ਪਰਸਨ ਨੂੰ ਵੀ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਉਹਨੂੰ ਖੜਾ ਕਰ ਸਕਦੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ, ਜਿਹੜੇ ਸ਼ੇਸ਼ਨ ਮਿੱਤਲ ਇੰਸਪੈਕਟਰ ਨੇ ਜਿਨ੍ਹਾਂ ਦੀ ਸਟੇਟਮੈਂਟ ਕਰਾਈ ਹੈ, ਆਲਰੇਡੀ ਐੱਫ ਆਈ ਆਰ 'ਚ ਹੈ ਕਿ ਉਹ ਆਲਰੇਡੀ ਇਹੋ ਜਿਹੇ ਕੰਮਾਂ 'ਚ ਇਨਵੋਲਵ ਹੈ ਔਰ ਆਲਰੇਡੀ ਉਹ ਪਹਿਲੇ ਇਹੋ ਜਿਹੇ ਕੇਸ ਫੇਸ ਕਰ ਰਹੇ ਨੇ। ਸੋ ਉਹਨਾਂ ਦਾ ਜਿਹੜਾ ਕੰਡਕਟ ਹੈ ਉਹ ਕਲੀਅਰ ਨਹੀਂ ਹੈ। ਸੁਖਦੀਪ ਸਿੰਘ ਦੀ ਸਟੇਟਮੈਂਟ ਨੂੰ ਔਰ ਸ਼ੇਸ਼ਨ ਦੀ ਸਟੇਟਮੈਂਟ ਨੂੰ ਜੇ ਅਸੀਂ ਇਹਨੂੰ ਜੁਡੀਸ਼ਲੀ ਔਰ ਲੀਗਲੀ ਕੰਪੇਅਰ ਕਰੀਏ, ਕਿਉਂਕਿ ਇਹ ਸਾਡਾ ਫੋਰਮ ਨਹੀਂ ਹੈ, ਇਹ ਫੋਰਮ ਕੰਸਿਡਰ ਕਰਨਾ ਕੋਰਟ ਨੇ, ਉਹਨਾਂ ਦੀ ਸਟੇਟਮੈਂਟਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਟ ਕਰਦਾ ਜਾਂ ਮੈਂ ਤੁਹਾਡਾ ਕਲੀਅਰ ਕਰਦਾ। ਇਨਵੈਸਟੀਗੇਸ਼ਨ 'ਚ ਲਿਖਿਆ ਹੈ ਕਿ ਜਿਹੜੀ ਪਹਿਲੀ ਜਿਹੜੇ 25 ਲੱਖ ਰੁਪਇਆ ਦੇਣ ਦੀ ਗੱਲ ਕਰ ਰਹੇ ਹੈ, ਸ਼ੇਸ਼ਨ ਨੇ ਕਿਹਾ, ਜੈ ਸਿੰਘ ਨੇ ਕਿਹਾ ਕਿ ਇਹ ਪੈਸੇ ਮੇਰੇ ਕੋਲ ਕੈਸ਼ ਨਹੀਂ ਨੇ, ਅਤੇ ਸ਼ੇਸ਼ਨ ਨੇ ਕਿਹਾ ਮੇਰੇ ਅਕਾਊਂਟ ਮੇਰੇ ਸਹੁਰੇ ਦੇ ਅਕਾਊਂਟ 'ਚ ਟ੍ਰਾਂਸਫਰ ਕਰ ਦਿਓ ਅਤੇ ਮੈਂ ਉੱਥੋਂ ਕਢਵਾ ਲਵਾਂਗਾ। ਤੁਸੀਂ ਦੱਸੋ ਕਿ ਕੋਈ ਰਿਸ਼ਵਤ ਦੇ ਪੈਸੇ ਕਦੀ ਕੋਈ ਬੈਂਕ ਅਕਾਊਂਟ 'ਚ ਟ੍ਰਾਂਸਫਰ ਕਰਵਾਉਂਦਾ ਆਪਣੇ? ਸ਼ੇਸ਼ਨ ਦਾ ਜਵਾਬ ਹੈ ਕਿ ਮੈਂ ਇਹ ਪੈਸੇ ਆਪਣੇ ਸਹੁਰੇ ਦੇ ਬੈਂਕ ਅਕਾਊਂਟ 'ਚ ਜਮ੍ਹਾਂ ਕਰਵਾਏ ਅਤੇ ਮੈਂ ਉੱਥੋਂ ਕਢਵਾ ਕੇ ਫਿਰ ਲੈ ਕੇ ਆਇਆ। ਹੁਣ ਮੇਰਾ ਇੱਕ ਸਵਾਲ ਹੈ ਪ੍ਰੈਸ ਮੀਡੀਆ ਦੇ ਥਰੂ ਸਾਰਿਆਂ ਨੂੰ, ਰਿਸ਼ਵਤ ਦੇਣ ਵਾਲਾ ਵੀ ਓਨਾ ਹੀ ਗੁਨਾਹਗਾਰ ਹੈ ਜਿੰਨਾ ਰਿਸ਼ਵਤ ਲੈਣ ਵਾਲਾ ਗੁਨਾਹਗਾਰ ਹੈ। ਜਿਹੜਾ ਰਿਸ਼ਵਤ ਲੈਂਦਾ ਔਰ ਜਿਹੜਾ ਰਿਸ਼ਵਤ ਦਿੰਦਾ, ਕਾਨੂੰਨ ਉਹਨਾਂ ਦੋਨਾਂ ਵਾਸਤੇ ਸੇਮ ਹੈ। ਇੱਕ ਮੇਰੀ ਰਿਕੁਐਸਟ ਹੈ ਕਿ ਅੱਜ ਅਸੀਂ ਡੀ ਐੱਸ ਪੀ ਬਵਿੰਦਰ ਮਹਾਜਨ ਨੂੰ ਵਿਲਨ ਡਿਕਲੇਅਰ ਕਰ ਦਿੱਤਾ, ਅਤੇ ਜਿਹੜੇ ਪਰਸਨਸ ਨੇ ਕੋਰਟ 'ਚ ਜਾ ਕੇ ਬਿਆਨ ਦਿੱਤਾ ਕਿ ਅਸੀਂ ਰਿਸ਼ਵਤ ਦੇਣ ਗਏ, ਅਸੀਂ ਇਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਂ ਦਿੱਤੀ, ਇੰਸਪੈਕਟਰ ਸੁਖਦੀਪ ਸਿੰਘ ਅਤੇ ਸ਼ੇਸ਼ਨ, ਉਹਨਾਂ ਨੂੰ ਕੀ ਇਸ ਕੇਸ 'ਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ? ਜਿਹੜੇ ਪਰਸਨ ਕਹਿੰਦੇ ਨੇ ਕਿ ਅਸੀਂ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਂ ਦਿੱਤੀ, ਅਸੀਂ ਇਨਵੈਸਟੀਗੇਸ਼ਨ ਨੂੰ ਹੈਂਪਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕਿਸੇ ਨੇ ਵੀ ਅੱਜ ਤੱਕ ਇਹਦੇ ਵਿਚਕਾਰ ਬਤੌਰ ਦੋਸ਼ੀ ਨਾਮਜ਼ਦ ਨਹੀਂ ਕੀਤਾ। ਕੋਈ ਇਹਨਾਂ ਦਾ ਪਹਿਲੇ ਵੀ ਝਗੜਾ ਚੱਲਦਾ ਪਿਆ ਸੀ ਇਹਨਾਂ ਦੇ ਨਾਲ? ਦੇਖੋ, ਸਾਲ ਪਹਿਲੇ ਦੇਖੋ, ਕੋਈ ਝਗੜਾ ਨਹੀਂ। ਇੰਸਪੈਕਟਰ ਸੁਖਦੀਪ ਸਿੰਘ ਉਸ ਟੀਮ ਦਾ ਪਾਰਟ ਸੀ ਜਿਹੜੇ ਅਸੀਂ ਐਸਟਰਾ ਫਾਰਮਾ 'ਤੇ ਜਾ ਕੇ ਸਾਰੀ ਰਿਕਵਰੀ ਕੀਤੀ ਸੀ। ਇਸ ਕਰਕੇ ਜੋ ਵੀ ਕੌਂਸਪੀਰੇਸੀ ਸਾਡੇ ਖਿਲਾਫ਼ ਪਲਾਨ ਕੀਤੀ ਗਈ ਹੈ, ਇੱਕ ਹਿਡਨ ਕੌਂਸਪੀਰੇਸੀ ਹੈ ਡੀ ਐੱਸ ਪੀ ਬਵਿੰਦਰ ਮਹਾਜਨ ਨੂੰ ਇਸ ਮੁਕੱਦਮੇ ਤੋਂ ਦੂਰ ਰੱਖਣ ਵਾਸਤੇ, ਤਾਂ ਕਿ ਡੀ ਐੱਸ ਪੀ ਬਵਿੰਦਰ ਮਹਾਜਨ ਇਸ ਕੇਸ ਦੀ ਇਨਵੈਸਟੀਗੇਸ਼ਨ ਨਾ ਕਰ ਸਕੇ। ਕਿਉਂਕਿ ਜੇ ਉਹ ਇਸ ਕੇਸ ਦੀ ਇਨਵੈਸਟੀਗੇਸ਼ਨ ਕਰੇਗਾ ਤਾਂ ਉਹ ਵੱਡੀ ਵੱਡੀ ਜਿਹੜੀ ਮਛਲੀਆਂ ਨੇ ਉਹਨਾਂ ਨੂੰ ਪਕੜ ਕੇ ਲੈ ਆ। ਕੀ ਲੱਗਦਾ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੇ ਡੀ ਸੀ ਪੀ ਬਵਿੰਦਰ ਮਹਾਜਨ ਨੂੰ ਹਟਾਉਣ ਦੇ ਵਿੱਚ, ਇਸ ਕੇਸ ਤੋਂ ਪਿੱਛੇ ਹਟਾਉਣ ਦੇ ਵਿੱਚ ਨਾਕਾਮਯਾਬ ਸੀ, ਇਸ ਕਰਕੇ ਪਲਾਨ ਕੀਤਾ ਗਿਆ? ਨਹੀਂ, ਬਿਲਕੁਲ ਬਿਲਕੁਲ ਨਹੀਂ। ਦੇਖੋ,
ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਮੀਡੀਆ ਦੇ ਜ਼ਰੀਏ ਆਪਣੀ ਸਟੇਟ ਗੌਰਮੈਂਟ ਨੂੰ ਵੀ ਇੱਕ ਅਪੀਲ ਕਰਦਾ ਵਾਂ, ਇਨਕਲੂਡਿੰਗ DGP ਸਾਹਿਬ। ਦੇਖੋ, ਐਲੀਗੇਸ਼ਨ ਲਗਾਉਣਾ ਔਰ ਐਲੀਗੇਸ਼ਨ ਪ੍ਰੂਵ ਹੋਣਾ, ਇਹ ਦੋ ਗੱਲਾਂ ਡਿਫਰੈਂਟ ਆ। ਐਲੀਗੇਸ਼ਨ ਲਗਾ ਦੇਣ ਨਾਲ ਹੀ ਬੰਦਾ ਦੋਸ਼ੀ ਨਹੀਂ ਹੋ ਜਾਂਦਾ। ਅੱਜ ਦੀ ਡੇਟ ਵਿੱਚ ਸਾਡੇ ਮਾਨਯੋਗ DGP ਸਾਡੇ ਸਟੇਟ ਆਫ ਪੰਜਾਬ ਦੇ ਇੱਕ ਬਹੁਤ ਹੀ ਕਾਬਲ ਅਫਿਸਰ ਨੇ, ਉਹ ਬੜੇ ਕੰਪੀਟੈਂਟ ਅਫਿਸਰ ਨੇ। ਜੇ ਅਸੀਂ ਇਹ ਗੱਲ ਕਹੀਏ ਕਿ ਸਾਡੇ DGP ਸਾਹਿਬ ਇਸ ਚੀਜ਼ ਨੂੰ ਨਹੀਂ ਸਮਝਦੇ, ਇਹ ਬਿਲਕੁਲ ਗਲਤ ਗੱਲ ਹੈ। ਹੀ ਇਜ਼ ਵਨ ਆਫ ਦੀ ਮੋਸਟ ਕੰਪੀਟੈਂਟ ਪਰਸਨਸ ਵੀ ਹੈਵ ਐਵਰ ਸੀਨ ਇਨ ਅਵਰ ਲਾਈਫ। ਅਸੀਂ ਉਹਨਾਂ ਨੂੰ ਵੀ ਪਲੱਸ ਸਟੇਟ ਗੌਰਮੈਂਟ ਨੂੰ ਵੀ ਅਸੀਂ ਇਹ ਰਿਕੁਐਸਟ ਕਰਦੇ ਹਾਂ ਮੀਡੀਆ ਦੇ ਥਰੂ ਕਿ ਸਿਰਫ ਉਹ ਦੋ ਪਰਸਨਸ ਦੀ ਸਟੇਟਮੈਂਟ ਦੇ ਬੇਸ 'ਤੇ ਜਿਨ੍ਹਾਂ ਦਾ ਕੰਡਕਟ ਡਾਊਟਫੁੱਲ ਹੈ, ਜਿਨ੍ਹਾਂ ਦਾ ਆਪਣਾ ਕੰਡਕਟ ਸਸਪੀਸ਼ੀਅਸ ਹੈ, DSP ਵਿਵਿੰਦਰ ਮਹਾਜਨ ਨੂੰ ਆਊਟਰਾਈਟਲੀ ਦੋਸ਼ੀ ਨਾ ਕਰਾਰ ਦਿੱਤਾ ਜਾਏ। ਫਿਰ ਕੀ ਇਸ ਤਰੀਕੇ ਨਾਲ ਵਿਵਿੰਦਰ ਮਹਾਜਨ ਇਸ ਤਰ੍ਹਾਂ ਹੀ ਫਰਾਰ ਜਾਣਗੇ ਜਾਂ ਆਉਣਗੇ ਸਰ? ਉਹ ਕਦੀ ਵੀ ਫਰਾਰ ਨਹੀਂ ਰਹਿਣਗੇ। ਮੈਂ ਤੁਹਾਨੂੰ ਇੱਕ ਸਟਾਰਟ 'ਤੇ ਗੱਲ ਕਹੀ ਸੀ, ਵੀ ਆਰ ਇਨ ਦੀ ਪ੍ਰੋਸੈਸ ਆਫ ਅਵੇਲਿੰਗ ਅਵਰ ਲੀਗਲ ਰਾਈਟ। ਅਸੀਂ ਬੜੀ ਜਲਦੀ ਮਾਨਯੋਗ ਹਾਈਕੋਰਟ ਜਾ ਰਹੇ ਹਾਂ, ਜਿੱਥੇ ਅਸੀਂ CBI ਇਨਵੈਸਟੀਗੇਸ਼ਨ ਦੀ ਡਿਮਾਂਡ ਕਰ ਰਹੇ ਸਰ। ਜੇ ਕੋਰਟ 'ਚ ਸਰੈਂਡਰ ਕਰਨਗੇ ਅੱਜ ਦੀ ਡੇਟ 'ਚ ਕਰ ਦਿੰਦੇ ਨੇ, ਤਾਂ ਕੋਰਟ ਦਾ ਪ੍ਰੋਸੀਜਰ ਇਹ ਹੈ ਕਿ ਪੁਲਿਸ ਵਾਲੇ ਉਹਨਾਂ ਨੂੰ ਰਿਮਾਂਡ 'ਤੇ ਲੈਣਗੇ, ਉਹਨਾਂ ਦੀ ਅਰੈਸਟ ਪਾਉਣਗੇ। ਜਦੋਂ ਅਰੈਸਟ ਪਾਉਣਗੇ ਤਾਂ ਹੀ ਹੈਜ਼ ਬਿਨ ਫਾਰਮਲੀ ਅਰੈਸਟਿਡ, ਦੈਟ ਮੀਨਸ ਹੀ ਵਿਲ ਬੀ ਟ੍ਰੀਟਿਡ ਐਜ਼ ਏ ਅਰੈਸਟਿਡ ਪਰਸਨ। ਪਰ ਜੇ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ, ਆਪਣੇ ਸਾਰੇ ਦੱਸਣੇ ਹੈ, ਤਾਂ ਸਾਡੀ ਕੰਟੈਂਸ਼ਨ ਇਹ ਹੈ ਕਿ ਉਹਨਾਂ ਨੂੰ ਅਰੈਸਟ ਕਰਨ ਦੀ ਲੋੜ ਨਹੀਂ। ਉਹ ਤਾਂ ਕਰੇਗੀ ਜੇ ਐਂਟੀਸਪੇਟਰੀ ਬੇਲ ਲਾਈ ਕਰਨਾ ਤਾਂ। 101% ਅਸੀਂ ਇੱਥੋਂ ਤੱਕ ਤੁਹਾਨੂੰ ਇੰਸ਼ੋਰੈਂਸ ਦਿੰਦੇ ਹਾਂ ਕਿ ਸਾਨੂੰ ਕੋਰਟ ਡਾਇਰੈਕਸ਼ਨ ਦੇ ਨਾ ਦੇ, ਅਸੀਂ ਫਿਰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾਂਗੇ। ਦੇਖੋ ਸਰ, ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ, ਇਨਸਾਨ ਕਦੀ ਭੱਜਦਾ ਨਹੀਂ। ਜਦੋਂ ਕਿਸੇ ਦੇ ਖਿਲਾਫ਼ ਕੋਈ ਕ੍ਰਿਮੀਨਲ ਕੇਸ ਰਜਿਸਟਰ ਹੋ ਜਾਂਦਾ ਹੈ, ਉਹ ਐਂਟੀਸਪੇਟਰੀ ਬੇਲ ਅਪਲਾਈ ਕਰ ਸਕਦਾ ਹੈ, ਉਹਨੂੰ ਲੀਗਲ ਰਾਈਟ ਹੈ, ਉਹਨੂੰ ਇਹ ਵੀ ਰਾਈਟ ਹੈ ਕਿ ਉਹ ਹਾਈਕੋਰਟ 'ਚ ਜਾ ਕੇ ਰਿਟ ਫਾਈਲ ਕਰ ਸਕਦਾ ਹੈ, ਬਿਲਕੁਲ ਉਹਦੇ ਕੋਲ ਰਾਈਟ ਹੈ, ਉਹ ਹਾਈਕੋਰਟ ਜਾ ਕੇ ਡਾਇਰੈਕਟਲੀ ਵੀ ਬੇਲ ਸੀਕ ਕਰ ਸਕਦਾ ਹੈ, ਅੰਮ੍ਰਿਤਸਰ ਵੀ ਸੀਕ ਕਰ ਸਕਦਾ ਹੈ, ਕਿਤੇ ਦਿੱਲੀ ਜਾ ਕੇ ਵੀ ਸੀਕ ਕਰ ਸਕਦਾ ਹੈ। ਔਰ ਮੈਂ ਮੀਡੀਆ ਨੂੰ ਇੱਕ ਗੱਲ ਕਲੀਅਰਲੀ ਦੱਸ ਰਿਹਾ ਕਿ ਬਹੁਤ ਜਲਦੀ ਉਹਨਾਂ ਦੀ ਪਟੀਸ਼ਨ ਤੁਹਾਨੂੰ ਕੋਰਟ 'ਚ ਲੱਗੀ ਮਿਲ ਜਾਏਗੀ। ਸਰ ਹਾਲੇ ਮੈਂ ਡਿਸਕਲੋਜ਼ ਨਹੀਂ ਕਰ ਪਾਵਾਂਗਾ, ਥੋੜ੍ਹਾ ਜਿਹਾ ਮੈਂ ਦੱਸ ਰਿਹਾ। ਬਾਕੀ ਐਂਟੀਸਪੇਟਰੀ ਬੇਲ ਦੀ ਲੋੜ ਜੇ ਸਾਨੂੰ ਸਟੇਟ ਏਜੰਸੀਜ਼ ਇਨਸਾਫ ਨਹੀਂ ਦੇਣਗੀਆਂ, ਤਾਂ ਫਿਰ 101% ਜੋ ਸਾਡਾ ਲੀਗਲ ਰੀਕੋਰਸ ਹੈ ਅਸੀਂ ਅਡੋਪਟ ਕਰਾਂਗੇ। ਸਰ ਅਸੀਂ ਹਾਈਕੋਰਟ ਕੀ ਕਰੇਗਾ ਪ੍ਰਡਿਕਟ ਨਹੀਂ ਕਰ ਸਕਦੇ ਕਿ ਹਾਈਕੋਰਟ ਅੱਜ ਕੀ ਆਰਡਰ ਕਰੇਗਾ। ਇਟ ਵੁੱਡ ਬੀ ਅ ਪ੍ਰੀ ਮੈਚੋਰ ਕੁਐਸਚਨ ਟੂ ਬੀ ਆਨਸਰਡ। ਠੀਕ ਹੈ ਸਰ। ਸਾਨੂੰ ਐਸ਼ੋਰੈਂਸ ਦਿੱਤੀ ਜਾਏ ਕਿ ਜੇ ਅਸੀਂ ਇਨਵੈਸਟੀਗੇਟਿੰਗ ਏਜੰਸੀ ਕੋਲ ਆਉਂਦੇ ਹਾਂ, ਆਪਣੇ ਆ ਕੇ ਆਪਣੇ ਆਪ ਨੂੰ ਸਾਰੀ ਸਫਾਈ ਦੇਣ ਨੂੰ ਤਿਆਰ ਹਾਂ, ਤਾਂ ਸਾਨੂੰ ਆਊਟਰਾਈਟਲੀ ਅਰੈਸਟ ਕਰਕੇ ਸਾਡੇ ਉੱਪਰ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਏਗੀ। ਸਾਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਏ। ਔਰ ਮੇਰੀ ਰਿਕੁਐਸਟ ਹੈ ਟੂ ਦ DGP, ਟੂ ਦ ਵਰਦੀ ਚੀਫ ਮਿਨਿਸਟਰ ਐਂਡ ਆਲ ਦ ਸਟੇਟ ਮਸ਼ੀਨਰੀ ਐਜ਼ ਵੈਲ ਐਜ਼ ਦ ਸੈਂਟਰ ਮਿਨਿਸਟਰੀ ਕਿ ਵੀ ਵਾਂਟ DSP ਵਿਵਿੰਦਰ ਮਹਾਜਨ ਟੂ ਬੀ ਵੈਰੀ ਫੇਅਰ ਐਂਡ ਕੋਪਰੇਟਿਵ ਇਨ ਦ ਇਨਵੈਸਟੀਗੇਸ਼ਨ। ਨਾ ਉਹ ਕਿਤੇ ਭੱਜੇ ਨੇ, ਨਾ ਉਹ ਕਿਤੇ ਉਹਨਾਂ ਦੀ ਭੱਜਣ ਦੀ ਕੋਈ ਮਨਸ਼ਾ ਹੈ। ਉਹਨਾਂ ਦੀ ਪੂਰੀ ਮਨਸ਼ਾ ਹੈ ਸਟੇਟ ਏਜੰਸੀਜ਼ ਨੂੰ ਕੋਪਰੇਟ ਕਰਨ ਵਾਸਤੇ। ਸਾਡੀ ਰਿਕੁਐਸਟ ਹੈ ਕਿ ਜਿਹੜੇ ਸੁਖਦੀਪ ਸਿੰਘ ਔਰ ਸ਼ੇਸ਼ਨ ਦੀ ਸਟੇਟਮੈਂਟਸ ਹੈ, ਉਹਨਾਂ ਨੂੰ ਅੱਛੀ ਤਰ੍ਹਾਂ ਵਾਚਿਆ ਜਾਵੇ।
ਉਹਨਾਂ ਦੀ ਪੂਰੀ ਕ੍ਰੈਡੀਬਿਲਿਟੀ ਨੂੰ ਚੈੱਕ ਕੀਤਾ ਜਾਏ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਦੱਸ ਦਿੰਦਾ, ਇੱਕ ਬੜੀ ਚੀਜ਼ ਫਲੇਅਰ ਅਪ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ, ਉਹਨਾਂ ਪਰਸਨਸ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ, ਇੰਸਪੈਕਟਰ ਸੁਖਦੀਪ ਸਿੰਘ ਅਤੇ ਸ਼ੇਸ਼ਨ ਦੀ। ਹੁਣ ਤੁਸੀਂ ਸਾਰੇ ਮੀਡੀਆ ਪਰਸਨਸ ਹੋ, ਇੰਸਪੈਕਟਰ ਸੁਖਦੀਪ ਸਿੰਘ ਮੇਰੀ ਰੀਡਿੰਗ ਟੀਮ ਦਾ ਪਾਰਟ ਹੈ, ਮੇਰਾ ਇੱਕ ਨੈੱਟਵਰਕ ਹੈ ਜਿਹੜਾ ਸਟੇਟ ਆਫ ਪੰਜਾਬ 'ਚ ਮੈਂ ਓਪਰੇਟ ਕਰਦਾ ਵਾਂ ਡਰੱਗ ਪੈਡਲਰਸ ਨੂੰ ਪਕੜਨ ਵਾਸਤੇ। ਕੋਈ ਵੀ ਮੇਰੀ ਟੀਮ ਦਾ ਪਰਸਨ ਮੇਰੇ ਘਰ ਆ ਕੇ ਮੇਰੇ ਨਾਲ ਮੀਟਿੰਗ ਕਰ ਸਕਦਾ ਹੈ ਇਨ ਰਿਲੇਸ਼ਨ ਟੂ ਮਾਈ ਟਾਸਕ। ਮਿਸਟਰ ਸ਼ੇਸ਼ਨ ਜੇ ਸੁਖਦੀਪ ਸਿੰਘ ਦੇ ਨਾਲ ਘੁੰਮਦੇ ਹੋਏ ਉੱਥੇ ਆਉਂਦੇ ਨੇ ਇਸ ਏਰੀਏ ਵਿੱਚ ਅਤੇ ਇੱਕ ਲੋਕੇਸ਼ਨ ਆਉਂਦੀ ਹੈ, ਅਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਉਹਦੀ ਲੋਕੇਸ਼ਨ ਮੇਰੇ ਘਰ ਦੇ ਏਰੀਏ ਵਿੱਚ ਪਾਈ ਜਾ ਰਹੀ ਹੈ ਤਾਂ ਆਈ ਐਮ ਏ ਕਲਪ੍ਰਿਟ। ਜੇ ਕੋਈ ਪਰਸਨ ਮੇਰੇ ਘਰ ਦੇ ਬਾਹਰ ਆਉਂਦਾ ਹੈ ਜਾਂ ਮੇਰੇ ਘਰ ਦੇ ਅੰਦਰ ਵੀ ਆਉਂਦਾ ਹੈ, ਮੰਨ ਲਓ ਆਪਣੀ ਆਈਡੈਂਟੀਫਿਕੇਸ਼ਨ ਦੇ ਕੇ ਕਿ ਮੈਂ ਡਰੱਗ ਇੰਸਪੈਕਟਰ ਹਾਂ, ਮੈਂ ਉਹਨੂੰ ਬਿਠਾ ਕੇ ਚਾਹ ਵੀ ਪਾਣੀ ਵੀ ਪਿਲਾ ਦਿੰਦਾ ਵਾਂ, ਦੈਟ ਡਜ਼ਨਟ ਮੀਨ ਕਿ ਮੈਂ ਉਹਦੇ ਨਾਲ ਕੋਈ ਕਰਪਸ਼ਨ 'ਚ ਇੰਡਲਜ ਹੋ ਗਿਆ ਵਾਂ। ਮੇਰੀ ਪਰਪਸ ਅੱਜ ਦੀ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਕਾਲ ਕਰਨ ਦੀ ਸੀ ਉਹ ਸਿਰਫ ਇਹ ਸੀ ਕਿ ਵੀ ਰਿਕੁਐਸਟ ਟੂ ਦਾ ਸਟੇਟ ਏਜੰਸੀਜ਼, ਵੀ ਰਿਕੁਐਸਟ ਟੂ ਦਾ ਵਰਦੀ ਡੀ ਜੀ ਪੀ ਐਂਡ ਵੀ ਰਿਕੁਐਸਟ ਟੂ ਦਾ ਲਰਨਡ ਸੈਂਟਰਲ ਏਜੰਸੀਜ਼, ਕਿਸੇ ਪਰਸਨ ਨੂੰ ਵਨ ਸਾਈਡਿਡ ਮੈਟਰ ਸੁਣ ਕੇ ਗਿਲਟੀ ਨਾ ਹੋਲਡ ਕਰੋ, ਉਹਨੂੰ ਸੁਣਵਾਈ ਦਾ ਮੌਕਾ ਦਿਓ। ਉਹ ਆ ਕੇ ਹਰ ਚੀਜ਼ ਐਕਸਪਲੇਨ ਕਰਨ ਨੂੰ ਤਿਆਰ ਹੈ, ਪ੍ਰੋਵਾਈਡਿਡ ਗੌਰਮੈਂਟ ਉਹਨੂੰ ਇੰਸ਼ੋਰੈਂਸ ਦੇ ਕਿ ਉਹਦੇ ਨਾਲ ਕੋਈ ਵੀ ਕੋਰਸਿਵ ਸਟੈਪਸ ਅਡੋਪਟ ਨਹੀਂ ਕੀਤੇ ਜਾਣਗੇ। ਐਂਡ ਵੀ ਆਰ ਹੇਅਰ ਟੂ ਕੋਪਰੇਟ ਐਵਰੀਥਿੰਗ ਬਿਕੋਜ਼ ਸਾਡੀ ਜਿਹੜੀ ਪੰਜਾਬ ਗੌਰਮੈਂਟ, ਪੰਜਾਬ ਸਟੇਟ ਹੈ, ਉਹ ਜਿਹੜੀ ਸਾਡੀ ਡਰੱਗ ਪ੍ਰੋਬਲਮ ਹੈ ਉਹਨੂੰ ਬਹੁਤ ਲਾਰਜ ਲੈਵਲ 'ਤੇ ਪ੍ਰੋਬਲਮ ਨੂੰ ਡੀਲ ਕਰ ਰਹੀ ਹੈ। ਰੋਜ਼ ਅਸੀਂ ਦੇਖਦੇ ਹਾਂ ਕਿ ਇਸ ਬਿਮਾਰੀ ਨੂੰ ਪੰਜਾਬ 'ਚੋਂ ਖਤਮ ਕਰਨਾ ਹੈ। ਜੇ ਖਤਮ ਕਰਨਾ ਹੈ ਤਾਂ ਸਾਨੂੰ ਬੜੇ ਕਾਬਿਲ ਪੁਲਿਸ ਆਫਿਸਰਸ ਦੀ ਲੋੜ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਵੱਧ ਦਾਅਵੇ ਨਾਲ ਕਹਿੰਦਾ ਵਾਂ, ਤੁਸੀਂ ਸਾਰੇ ਬੀਇੰਗ ਮੀਡੀਆ ਪ੍ਰੋਪਰਲੀ ਸਰਚ ਕਰਨਾ, ਜਿੰਨੀ ਰਿਕਵਰੀਜ਼ ਔਰ ਜਿੰਨੇ ਕੇਸਿਸ ਡੀ ਐੱਸ ਪੀ ਬਵਿੰਦਰ ਮਹਾਜਨ ਨੇ ਪੰਜਾਬ ਵਿੱਚ ਸੋਲਵ ਕੀਤੇ ਨੇ ਔਰ ਹੈਵੀ ਰਿਕਵਰੀਜ਼ ਕੀਤੀਆਂ, ਸ਼ਾਇਦ ਹੀ ਕਿਸੇ ਹੋਰ ਪੁਲਿਸ ਆਫਿਸਰ ਨੇ ਕੀਤੀਆਂ ਹੋਣ। ਸੋ ਮਾਈ ਰਿਕੁਐਸਟ ਟੂ ਦ ਇੰਟਾਇਰ ਮੀਡੀਆ ਇਜ਼, ਸਾਨੂੰ ਪ੍ਰਿਡਿਕਟ ਨਾ ਕਰੋ ਕਿ ਡੀ ਐੱਸ ਪੀ ਬਵਿੰਦਰ ਮਹਾਜਨ ਇਜ਼ ਅ ਵਿਲਨ। ਹੀ ਇਜ਼ ਨੋਟ ਅ ਵਿਲਨ ਰਾਈਟ ਨਾਓ, ਹੀ ਇਜ਼ ਨੋਟ ਐਨ ਐਬਸਕੌਂਡਰ, ਕਿਤੇ ਨਹੀਂ ਭੱਜੇ, ਬੜੀ ਜਲਦੀ ਉਹ ਪਿਕਚਰ 'ਚ ਆਉਣਗੇ। ਅਸੀਂ ਆਪਣੇ ਜੋ ਸਾਡੇ ਲੀਗਲ ਰਾਈਟਸ ਸਾਡੇ ਕੋਲ ਅਵੇਲੇਬਲ ਨੇ ਅੰਡਰ ਲਾਅ, ਵੀ ਆਰ ਅਵੇਲਿੰਗ ਦੋਜ਼ ਰਾਈਟਸ। ਔਰ ਜੇ ਸਾਨੂੰ ਕੋਰਟ ਕਹੇਗੀ ਕਿ ਨੋ ਨੋ, ਮੈਂ ਤੁਹਾਡੀ ਗੱਲ ਤਾਂ ਸੁਣਾਂਗੀ ਜੇ ਤੁਸੀਂ ਸਰੈਂਡਰ ਕਰ ਦਿਓਗੇ, ਵੀ ਵਿਲ ਬੀ ਦੀ ਫਸਟ ਪਰਸਨ ਜਿਹੜੇ ਮੀਡੀਆ ਕੋਲ ਆ ਕੇ ਜਾਂ ਵੈਸੇ ਸਟੇਟ ਏਜੰਸੀਜ਼ ਕੋਲ ਜਾ ਕੇ ਆਪਣੇ ਆਪ ਨੂੰ ਕਹਾਂਗੇ ਵੀ ਸਰੈਂਡਰ, ਸਾਡੇ ਕੋਲੋਂ ਜੋ ਤੁਸੀਂ ਪੁੱਛਗਿੱਛ ਕਰਨੀ ਹੈ ਕਰੋ, ਕਿਤੇ ਕੋਈ ਭੱਜਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਕਿਤੇ ਨਹੀਂ ਜਾ ਰਹੇ, ਫੈਮਲੀ ਉਹਨਾਂ ਦੀ ਇੱਥੇ ਹੈ, ਰਿਪਿਊਟਿਡ ਫੈਮਲੀ ਹੈ, ਕੋਈ ਐਸਾ ਉਹਨਾਂ ਦੇ ਖਿਲਾਫ਼ ਜਿਹੜੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਮੋਟੀਵੇਟਿਡ ਨੇ ਔਰ ਉਹਨਾਂ ਨੂੰ ਐਪੇਰੈਂਟਲੀ ਝੂਠੇ ਕੇਸ 'ਚ ਫਸਾਉਣ ਦੀ ਚਾਲ ਹੈ। ਸਰ ਤੁਸੀਂ ਅੰਟਾਇਰ ਸਾਰਾ ਦੇਖ ਸਕਦੇ ਹੋ, ਇੱਕ ਨਵੇਂ ਇੰਨੀ ਵੀ ਦਵਾਈ ਜਾਂ ਪੈਸਾ ਜੇ ਤੁਹਾਨੂੰ ਕੋਈ ਸਟੇਟ ਏਜੰਸੀਜ਼ ਨੇ ਸਟੇਟਮੈਂਟ ਕਿਸੇ ਨੂੰ ਦਿੱਤੀ ਹੈ ਕਿ ਅਸੀਂ ਇਹਨਾਂ ਦੇ ਘਰੋਂ ਦਵਾਈਆਂ ਪਕੜੀਆਂ ਜਾਂ ਕੋਈ ਇਹਨਾਂ ਕੋਲੋਂ ਪੈਸੇ ਮੰਗੇ ਹੈ, ਮੇਰੀ ਰਿਕੁਐਸਟ ਹੈ ਸਟੇਟ ਏਜੰਸੀਜ਼ ਨੂੰ ਕਹੋ ਕਿ ਉਹਦੀ ਸਰਚ ਮੀਮੋ ਦੇ ਦਿਓ। ਜਿਹੜੀ 25 ਲੱਖ ਦੀ ਗੱਲ ਕਰ ਰਹੇ ਹੋ 20 ਤਰੀਕ ਦੀ, ਉਹਦੀ ਕੋਈ CCTV ਹੈਗੀ ਹੈ? ਸਰ ਜੇ ਕੋਈ CCTV 25 ਲੱਖ ਰੁਪਇਆ ਦਿੱਤਾ ਹੋਏਗਾ, ਨਹੀਂ ਘਰ ਦੇ ਅੰਦਰ ਆਏ ਹੋਣ। ਸਰ ਮੈਂ ਸਾਰੀ ਗੱਲ ਛੱਡਦਾ, ਤੁਹਾਡੀ ਗੱਲ ਇੱਕ ਛੋਟੀ ਜਿਹੀ ਖਤਮ ਕਰ ਦਿੰਦਾ। ਜੇ ਪਰਸਨ SP ਰੈਂਕ ਦਾ ਪਰਸਨ ਮੇਰੇ ਨਾਲ
ਇੱਕ ਵਜੇ ਫਲਾਈ ਕਰ ਰਿਹਾ, ਇੱਕ ਵਜੇ ਦੀ ਫਲਾਈਟ ਮੇਰੀ ਡਿਪਾਰਟ ਹੋ ਰਹੀ ਹੈ ਔਰ ਮੈਂ ਹਰਿਦੁਆਰ ਜਾ ਰਿਹਾ। ਉਸ ਵਕਤ ਦਿੱਲੀ ਗਿਆ, ਦਿੱਲੀ ਤੋਂ ਹਰਿਦੁਆਰ ਗਿਆ ਬਾਈ ਰੋਡ, ਔਰ ਜਿਹੜਾ ਕੋਰਟ 'ਚ ਚਲਾਨ ਪੇਸ਼ ਕੀਤਾ ਗਿਆ ਉਹਦੇ ਵਿੱਚ ਲਿਖਿਆ ਕਿ ਅੱਜ 20 ਤਰੀਕ ਨੂੰ DSP ਬਵਿੰਦਰ ਮਹਾਜਨ ਨਾਲ ਪੁਲਿਸ ਅਫਸਰ ਦੇ ਹਰਿਦੁਆਰ ਜਾਂਦਾ, ਦਿੱਲੀ ਜਾਂਦਾ ਹੈ, ਉੱਥੋਂ ਹਰਿਦੁਆਰ ਜਾਂਦਾ, ਪੂਰੀ ਟੀਮ ਜਾਂਦੀ ਹੈ, ਉੱਥੇ ਰੇਡ ਕੀਤੇ ਜਾ ਰਹੇ ਨੇ, ਉੱਥੋਂ ਦੋਸ਼ੀ ਅਰੈਸਟ ਕੀਤੇ ਜਾ ਰਹੇ ਨੇ, ਉੱਥੋਂ ਲੈ ਕੇ ਆਏ ਜਾ ਰਹੇ ਨੇ, ਔਰ ਜਿਹੜੇ ਪਰਸਨ ਨੂੰ ਐਸਟਰਾ ਫਾਰਮਾ ਦੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਕਿਹਾ ਜਾ ਰਿਹਾ ਕਿ ਅਸੀਂ ਪੈਸੇ ਲਏ ਨੇ, ਉਹ ਪਹਿਲੇ ਹੀ ਮਈ ਮਹੀਨੇ ਦੇ ਵਿੱਚ ਹੀ ਪਹਿਲੇ ਉਸ ਤੋਂ ਪਹਿਲੇ ਨਾਮਜ਼ਦ ਦੋਸ਼ੀ ਹੋ ਚੁੱਕੇ ਨੇ। ਜਿਹੜੇ ਪਰਸਨ ਦੋਸ਼ੀ ਨਾਮਜ਼ਦ ਹੋ ਚੁੱਕੇ ਨੇ, ਜਿਨ੍ਹਾਂ ਬਾਰੇ ਕੋਰਟ ਵਿੱਚ ਲਿਖ ਕੇ ਦਿੱਤਾ ਜਾ ਚੁੱਕਾ, ਉਹਨੂੰ ਬੈਨੀਫਿਟ ਦੇਣ ਵਾਸਤੇ ਪੈਸੇ ਕਿਸ ਤਰ੍ਹਾਂ ਲਏ ਜਾ ਸਕਦੇ। ਨਾ ਸਟੇਟ ਏਜੰਸੀ ਵੀ ਕਰੇ, ਸਾਡੇ ਵੱਲੋਂ ਸਟੇਟ ਵੀ ਕਰੇ, ਸੈਂਟਰਲ ਵੀ ਕਰੇ। ਬਿਲਕੁਲ ਬਿਲਕੁਲ ਦੇਣ ਨੂੰ ਤਿਆਰ ਆ ਜੀ, ਬਿਲਕੁਲ ਕਰਨ ਨੂੰ ਤਿਆਰ। ਜੇ ਸਾਨੂੰ ਇੰਸ਼ੋਰੈਂਸ ਇਹ ਦਿੰਦੇ ਨੇ ਕਿ ਸਾਡੇ 'ਤੇ ਕੋਈ ਕੋਰਸਿਵ ਐਕਸ਼ਨ ਨਹੀਂ ਲਿਆ ਜਾਏਗਾ, ਸਾਨੂੰ ਜੇਲ੍ਹਾਂ 'ਚ ਨਹੀਂ ਸੁੱਟ ਦਿੱਤਾ ਜਾਏਗਾ, ਕਿਉਂਕਿ ਮੈਂ ਸਾਰੀ ਮੀਡੀਆ ਨੂੰ ਇੱਕ ਗੱਲ ਦੱਸਦਾ, ਜਦੋਂ ਇੰਨਾ ਆਫਿਸਰ ਜਿਹੜਾ ਇੰਨਾ ਵੱਡਾ ਡਰੱਗ ਪੈਡਲਰਸ ਨੂੰ ਪਕੜਦਾ ਹੋਵੇ, ਜਦੋਂ ਉਹਨੂੰ ਜੇਲ੍ਹ 'ਚ ਪਾਇਆ ਜਾਂਦਾ ਹੈ, ਜਦੋਂ ਉਹਨੂੰ ਇਹ ਸ਼ੋਅ ਕਰ ਦਿੱਤਾ ਜਾਂਦਾ ਹੈ ਕਿ ਵਿਲਨ ਹੈ, ਜਿਹੜੇ ਉਹਦੇ ਓਪੋਨੈਂਟਸ ਹੁੰਦੇ ਨੇ, ਜਿਹੜੇ ਪਰਸਨਸ ਨੂੰ ਅਰੈਸਟ ਕੀਤਾ ਹੁੰਦਾ, ਜਿਨ੍ਹਾਂ ਦੀ ਜੜ੍ਹਾਂ ਤੱਕ ਇਹ ਗਏ ਹੁੰਦੇ ਨੇ, ਉਹ ਖੁਸ਼ ਹੁੰਦੇ ਨੇ ਕਿ ਉਹ ਪਰਸਨ ਜੇਲ੍ਹ ਗਿਆ, ਉਹਦੇ ਬੈਨੀਫਿਟ ਅਸੀਂ ਲਵਾਂਗੇ ਆਪਣੇ ਟ੍ਰਾਇਲ 'ਚ, ਇਹ ਗੱਲ ਸ਼ੋਅ ਕਰਕੇ ਕਿ ਜਿਹੜੇ ਪਰਸਨ ਨੇ ਸਾਨੂੰ ਫੜਿਆ ਸੀ ਉਹਦਾ ਆਪਣਾ ਕਰੈਕਟਰ ਦਾਗੀ ਹੈ। ਇਸ ਚੀਜ਼ ਨੂੰ ਕਵਰ ਅਪ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਜੀ, ਅਸੀਂ ਆਪਣੀ ਏਜੰਸੀਜ਼ ਕੋਲ, DGP ਸਾਹਿਬ ਕੋਲ, STF ਜਾਂ ਕੋਈ ਵੀ ਏਜੰਸੀ, ਤੁਸੀਂ ਕਹੋ, ਅਸੀਂ ਉੱਥੇ ਪੇਸ਼ ਹੋਣ ਨੂੰ ਤਿਆਰ ਹਾਂ। ਅਸੀਂ ਕਿਤੇ DSP ਬਵਿੰਦਰ